ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹਾਂਜੀ ਨਿਊ ਨਿਊਜ਼ ਨਾਲ ਆਪ ਸਭ ਦੇ ਸੰਮੁਖ ਹੋ ਰਹੀਆਂ ਸੋ ਪੰਜਾਬ ਦੇ ਨਾਲ ਸੰਬੰਧਿਤ ਨਵੀਆਂ ਖਬਰਾਂ ਪੜ੍ਹਨ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਅਸੀਂ ਸਾਰੀਆਂ ਖਬਰਾਂ ਟਾਈਮ ਟੂ ਟਾਈਮ ਪਹੁੰਚਾਉਂਦੇ ਰਹੀਏ ਸੋ ਇਹ ਜਿਹੜੀ ਖਬਰ ਹੈ ਮਨਪੀਰ ਸਿੰਘ ਬਾਦਲ ਜੋ ਵਿੱਤ ਮੰਤਰੀ ਨੇ ਸਾਡੇ ਉਹਨਾਂ ਦੇ ਨਾਲ ਸੰਬੰਧਿਤ ਹੈ ਉਹਨਾਂ ਦੇ ਦਫ਼ਤਰ ਤੇ ਉੱਪਰ ਬੈਂਕ ਨੂੰ ਅੱਗ ਲੱਗ ਗਈ ਉਸ ਤੋਂ ਬਾਅਦ ਕੀ ਉੱਥੋਂ ਦਾ ਪੂਰਾ ਬਿਆਨ ਆਪਾਂ ਇਸ ਖਬਰ ਦੇ ਵਿੱਚ ਕਰਾਂਗੇ ਬਠਿੰਡਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਉੱਪਰ ਬਣੀ ਜੂਨੀਅਨ ਬੈਂਕ ਆਫ ਇੰਡੀਆ ਦੀ ਇਮਾਰਤ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਘਟਨਾ ਦੌਰਾਨ ਬੈਂਕ ਦੇ ਰਿਕਾਰਡ ਸਮੇਤ ਫਰਨੀਚਰ, ਕੰਪਿਊਟਰ, 에어 ਕੰਡੀਸ਼ਨਰ ਅਤੇ ਹੋਰ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਭਾਵੇਂ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਬਠਿੰਡਾ ਪੁਲਿਸ ਵਿੱਤ ਮੰਤਰੀ ਦੇ ਦਫ਼ਤਰ ਇੱਥੇ ਹੋਣ ਕਾਰਨ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਮੌਕੇ ਡੀ ਡੀਐਸਪੀ ਗੁਰਜੀਤ ਸਿੰਘ ਰੁਮਾਣਾ ਆਪਣੀ ਫੋਰਸ ਨਾਲ ਪਹੁੰਚੇ ਸਨ ਸਰ ਫਾਇਰ ਅਫਸਰ ਗੁਰਮੀਲ ਸਿੰਘ ਤੇ ਮੱਖਣ RAM ਨੇ ਦੱਸਿਆ ਕਿ ਸਵੇਰੇ ਲਗਭਗ 9 ਵਜੇ ਉਹਨਾਂ ਨੂੰ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ ਜਿਸ ਮਗਰੋਂ ਅੱਗ ਬਜਾਉ 10 ਤੇ ਦੀਆਂ 4 ਵੱਡੀਆਂ ਤੇ 6 ਛੋਟੀਆਂ ਗੱਡੀਆਂ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਦੌਰਾਨ ਫਾਇਰਮੈਨ ਅਮਨਦੀਪ ਸਿੰਘ ਤੇ ਲਖਬੀਰ ਸਿੰਘ ਜ਼ਖਮੀ ਹੋ ਗਏ ਇਸ ਬਾਰੇ ਬੈਂਕ ਦੇ ਮੈਨੇਜਰ ਨਵਨੀਤ ਦਿੱਤਾ ਨੇ ਦੱਸਿਆ ਕਿ ਬੈਂਕ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਬੈਂਕਿੰਗ ਟੀਮ ਵੱਲੋਂ ਅਗ ਕਾਰਨ ਹੋਏ ਨੁਕਸਾਨ ਸਬੰਧੀ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਉਹਨਾਂ ਇਸ ਅਗ ਨਾਲ ਬੈਂਕ ਦਾ ਲਗਭਗ 40 ਤੋਂ 50 ਲੱਖ ਰੁਪਏ ਹੋਣ ਦੇ ਨੁਕਸਾਨ ਹੋਣ ਦੀ ਸੰਭਾਵਨਾ ਦਿਤਾਈ ਹੈ ਸੋ ਧੰਨਵਾਦ ਜੀ ਸੋ ਇਸੇ ਤਰੀਕੇ ਨਾਲ ਸਾਰੀਆਂ ਅਪਡੇਟ ਨਿਊਜ਼ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਵਾਂਗੇ ਸੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਐਂਡ ਸ਼ੇਅਰ ਕਰੋ ਸੋ ਧੰਨਵਾਦ ਜੀ